ਮੈਨਾਂ ਵਾ ਤੋੜਾ ਦਾ ਰਾਲੀ ਯਾਰ ਉਸ ਨਾਲ ਜਲਾ ਸਕੂਆਂ ਤੇ ਪਰ ਉਹ ਲੰਘਦਾ ਉਹਨਾਂ ਦਾ ਇਹ ਚਕੋਰ ਬੋਲਿਆ ਨਾ ਚਕੋਰ ਅਗਰ ਇਹ ਨਾ ਚਕੋਰ ਤੂੰ ਮਾਰ ਸਕਿਆ ਅਸਾਂ ਮੈਨਾਂ ਨਹੀਂ ਜਾਇ ਤਾਂ ਮੈਨਾਂ ਮੈਨਾਂ ਠੀਕ ਕਰਕੇ ਦਿਓ ਸ਼ਿਕਾਰੀ ਤਾਂ ਉਹ ਥੋ ਨਾ ਬਾਬਾ ਸਾਹਿਬ ਨੇ ਰੋਂਦ ਲਾ ਕੇ ਉਸਨੇ ਸਿੱਧੂ ਕਰ ਗਿਆ ਇਤੋਂ ਕਿਆ ਹੁਣ ਮਾਰ ਮਾਰੇ ਤਾਂ ਚਕੋਰ ਉਸਨੇ ਮਾਰੀ ਪੇਸ਼ੀ ਕੋ ਟਾਈਮ ਦੋ ਮਾਰ ਕੇ ਲੈ ਆਇਓ ਬਾਬਾ ਸਾਹਿਬ ਨੇ ਉਸ ਵੇਲ ਸ਼ੇਰ ਕਿਹਾ ਹੁਣ ਵੇ ਇਸਲਾ ਮੈਨਾਂ ਜਾ ਰਹੀ ਨਹੀਂ ਬਾਜੀ ਉਹਨੇ ਮੈਂ ਦੋਏ ਬੈਠਾ ਵਾ ਤਾਂ ਬਾਕੀ ਦੁਨੀਆ ਬਾਹਰ ਬਰਾਂਡਾ ਦੇ ਬਾਹਰ ਬੈਠੀ ਵੀ ਸੀ ਤੋ ਫਰਮਾਨ ਲਗਾ ਪੀਰ ਸਾਹਿਬ ਹੈ ਬਾਬਾ ਸਾਹਿਬ ਰਹਿਮਤੁੱਲਾ ਹੈ ਹਾਜੀ ਬਾਬਾ ਬਾਬਾ ਜੀ ਸਾਹਿਬ ਕੋ ਕਿਹਾ ਕਿ ਮੋੜਾ ਸ਼ਰੀਫ ਵੇ ਦੋ ਸਹਿਜ਼ਾਦਾ ਨਾਥ ਪੜੇ ਵੇ ਥਾ ਦੋ ਸਹਿਜ਼ਾਦਾ ਕਾਵੇ ਦਰਾਲ ਕਾ ਦੋਏ ਭਾਈ ਇਹ ਬੜੀ ਖੂਬਸੂਰਤ ਨਾਥ ਪੜੇ ਵੇ ਤੇ ਇਤ ਵੀ ਬਾਬਾ ਜੀ ਸਾਹਿਬ ਕੋ ਲਾਵੇ ਵੇ ਮੋੜਾ ਸ਼ਰੀਫ ਤੇ ਵੇ ਨਾਥ ਪੜੇ ਵੇ ਦੇ ਉਹਨਾਂ ਨੇ ਨਾਥ ਪੜੀ ਜਹਾਂ ਮੈਂ ਸ਼ਕਲ ਅਹਿਮਦ ਬਨਕਰ ਵੋ ਨੂਰੇ ਕਦੀਮ ਆਇਆ ਤੇ ਹਜ਼ਰਤ ਬਾਬਾ ਜੀ ਸਾਹਿਬ ਕਾ ਦਾੜੀ ਮੁਬਾਰਕ ਬਰੂ ਆਸੂ ਅਮਨ ਦਾ ਦੁਲੇਨ ਥਾ ਦੇ ਬੜੇ ਤਵੱਜਾ ਨਾਲ ਸੁਣ ਰਿਹਾ ਥਾ ਤੇ ਬੋਲੇ ਥਾ ਵੋ ਜਿਹੜਾ ਮੌਲਵੀ ਅਬਦੁਲ ਜਬਾਰ ਥੋ ਨਾ ਵੋ ਮੈਂ ਦੇਖਿਆ ਵੋ ਥੋ ਉਸਕੀ ਵੀ ਮੈਂ ਹੁਣ ਗੱਲ ਥਾਰਾ ਨਾਲ ਕਰੂੰ ਵੋ ਮੋੜਾ ਕੋ ਵੋ ਮੋੜਾ ਵੋ ਵੀ ਮੈਂ ਦੇਖਿਆ ਵੋ ਥੋ ਉਸਕੋ ਬਾ ਬਾਪ ਜਿਹੜਾ ਉੱਥੋਂ ਵਾ ਬਾਬਾ ਜੀ ਸਾਹਿਬ ਨਾਲ ਉਹ ਮੌਲਵੀ ਹੈਗੇ ਆਪਣੀ ਮਰਜ਼ੀ ਵੇ ਨਾ ਅਖੇ ਜੀ ਉਹ ਨੂਰੇ ਕਦੀਮ ਕਿਆ ਹੈ ਬਸ ਹਜ਼ਰਤ ਜਨਾਬ ਬਾਬਾ ਜੀ ਸਾਹਿਬ ਰਹਿਮਤੁੱਲਾ ਅਲੈਹ ਕੋ ਜਿਹੜਾ ਚਿਹਰਾ ਮੁਬਾਰਕ ਥੋ ਉਹ ਬਦਲ ਗਿਓ ਉਹਨੇ ਆਪਣਾ ਹੱਕ ਮੁਬਾਰਕ ਇਸ ਤਰ੍ਹਾਂ ਕੀਓ ਇਸ ਤਰ੍ਹਾਂ ਬਾਬਾ ਜੀ ਸਾਹਿਬ ਨੇ ਇਸ ਤਰ੍ਹਾਂ ਹੋਸ਼ ਹੀ ਨਹੀਂ ਕਿਸੇ ਨਾਲ ਸਭ ਬੇਹੋਸ਼ ਹੋ ਗਿਆ ਉਹ ਨੂਰੇ ਕਦੀਮ ਜੋ ਹੈ ਨੂਰੇ ਕਦੀਮ ਵੇ ਮਹਿਫਲ ਨੀ ਵੇ ਗੱਲ ਨੀ ਵੇ ਮਹਿਫਲ ਦੇਖਿਓ ਵਾ ਕੁਝ ਹੋਰ ਥੋ ਦੇਖਣੋ ਹੁਣ ਕੁਝ ਹੋਰ ਆਇਓ ਤੇ ਬਸ ਮੁਸਤਕਿਲ ਦਿਲ ਨੂੰ ਇੱਕ ਗੁੰਡਾ ਰੱਖੀਏ ਕੋਈ ਦਿਲ ਤਮ ਨਾ ਦੇਖਣ ਵਾਲਾ ਹੋਰ ਹੈ ਕੀ ਹੋਇਆ ਅੱਜ ਚੋਰ ਬਣੀ ਮੈਂ ਇਸ ਜ਼ਮਾਨੇ ਜਗਦੀ ਕਿਸੇ ਜ਼ਮਾਨੇ ਉਸ ਯੂਸਫ ਦੀ ਮੈਂ ਵੀ ਸਾਂ ਕੁਝ ਲੱਗਦੀ ਉਸ ਗੁਨਾਹ ਵਾਸਤੇ ਦੁਆ ਕਰੋ ਉਹ ਸਾਰੇ ਵਾਸਤੇ ਉਸ ਕਰੋ ਦੁਆ ਭਾਈ ਤੁਸੀਂ ਦੁਆ ਕਰੋ ਨਾ ਨਾ ਅਗਾਂ ਤੇ ਵਧੋ ਇਸ ਤੋਂ ਠੀਕ ਹੈ ਜੀ ਉਸ ਬੈਟਰ ਵੀ ਹੈ ਠੀਕ ਹੈ ਸਾਰਾ ਖੁੱਲੋ ਕਰਾਈਓ ਕਲਾ ਲੇਗਾ ਭਾਜੀ ਉਸ ਦੁਆ ਉਹਨਾਂ ਵਾਸਤੇ ਕਰੋ ਇਹਨਾਂ ਸਾਰਾ ਕਹਿੰਦੇ ਠੀਕ ਹੈ ਆਮੀਨ ਮੇਰਾ ਤਾਂ ਆਪਣੇ ਦੁਆ ਨਾਲ ਰਹਿਣ ਤੇ ਉਹਨੂੰ ਸੇ ਪੁੱਛੋ ਕੌਣ ਹੈ ਨਿੱਕੀ ਜੀ ਮੁੜ ਗਈ